ਪੰਜਾਬ ਐਂਡ ਸਿੰਧ ਬੈਂਕ ਦੇ ਸਮੂਹ ਸਟਾਫ ਵੱਲੋਂ ਸਰਬੱਤ ਦੇ ਭਲੇ ਅਤੇ ਬੈਂਕ ਦੀ ਚੜ੍ਹਦੀ ਕਲਾ ਲਈ ਨਵੇਂ ਸਾਲ ਦੀ ਖੁਸ਼ੀ ਵਿੱਚ ਸਲਾਨਾ ਕੀਰਤਨ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ। ਪੰਜਾਬ ਐਂਡ ਸਿੰਧ ਬੈਂਕ ਦੇ ਸਮੂਹ ਸਟਾਫ ਵੱਲੋਂ ਸਰਬੱਤ ਦੇ ਭਲੇ ਅਤੇ ਬੈਂਕ ਦੀ ਚੜ੍ਹਦੀ ਕਲਾ ਲਈ ਨਵੇਂ ਸਾਲ ਦੀ ਖੁਸ਼ੀ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਲਾਨਾ ਕੀਰਤਨ ਦਰਬਾਰ 2 ਜਨਵਰੀ 2016 ਨੂੰ ਗੁਰਦੁਆਰਾ ਸਾਹਿਬ ਸੈਕਟਰ 19D ਚੰਡੀਗੜ੍ਹ ਵਿਖੇ ਕਰਵਾਇਆ ਗਿਆ, ਜਿਸ ਵਿੱਚ ਬੈਂਕ ਦੇ ਸਮੂਹ ਸਟਾਫ ਤੋਂ ਇਲਾਵਾ ਹੋਰਨਾਂ ਸੰਗਤਾਂ ਨੇ ਵੀ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ। ਗੁਰਮਤ ਸਮਾਗਮ ਦੌਰਾਨ ਪੰਥ ਦੇ ਪ੍ਰਸਿੱਧ ਰਾਗੀ ਭਾਈ ਜਗਦੀਪ ਸਿੰਘ ਹਜ਼ੂਰੀ ਰਾਗੀ, ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਬਲਵਿੰਦਰ ਸਿੰਘ ਜੀ ਪੰਜਾਬ ਐਂਡ ਸਿੰਧ ਬੈਂਕ, ਭਾਈ ਤਜਿੰਦਰ ਸਿੰਘ ਜੀ ਸ਼ਿਮਲੇ ਵਾਲੇ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਸੁਰਿੰਦਰ ਸਿੰਘ ਜੀ ਜੋਧਪੁਰੀ ਸਾਬਕਾ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਗੁਰਕਿਰਤ ਸਿੰਘ ਜੀ ਬੂਟਾ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੱਲੋਂ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਪੰਡਾਲ ਵਿੱਚ ਮੌਜੂਦ ਸਮੂਹ ਸੰਗਤ ਨੇ ਗੁਰਬਾਣੀ ਕੀਰਤਨ ਦਾ ਬਾਖੂਬੀ ਆਨੰਦ ਮਾਣਿਆ। ਤਿਲ ਤਾਂ ਕਾ ਮਹਿਲ ਨਾ ਪਾਵੇ ਸੁਹਾਵੀ ਕੌਣ ਸੋ ਵੇਲਾ ਜਿਤ ਪ੍ਰਭ ਮੇਲਾ ਲਾਖ ਭਗਤ ਜਾਂ ਕੋ ਯਾਰਾ ਦੈ ਹਮਰਾ ਠਾਕੁਰ ਸਭ ਤੇ ਉੱਚਾ ਹਮਰਾ ਠਾਕੁਰ ਸਭ ਤੇ ਉੱਚਾ ਲਾਖ ਭਗਤ ਜਾਂ ਕੋ ਯਾਰਾ ਦਹਿ ਲਾਖ ਤਪੀ ਸਰ ਤਪ ਹੀ ਸਾਦਹਿ ਲਾਖ ਤਪੀ ਸਰ ਤਪ ਹੀ ਸਾਦਹਿ ਲਾਖ ਜੋਗੀ ਸਰ ਕਰਤੇ ਜੋਗਾ ਲਾਖ ਜੋਗੀ ਸਰ ਕਰਤੇ ਜੋਗਾ ਲਾਖ ਭੋਗੀ ਸਰ ਭੋਗੈ ਭੋਗਾ ਕੱਟ ਕੱਟ ਵਸੈ ਜਾਣੈ ਤੋਰਾ ਹੈ ਕੋਈ ਸਾਜਨ ਪਰਦਾ ਤੋਰਾ ਜਾਣ ਆਪਣਾ ਮੁਝੈ ਨਿਵਾਜ ਹਮਰਾ ਠਾਕੁਰ ਸਭ ਤੇ ਉੱਚਾ ਹਮਰਾ ਠਾਕੁਰ ਸਭ ਤੇ ਉੱਚਾ ਜਾਣ ਆਪਣਾ ਮੁਝੈ ਨਿਵਾਜ ਆਪ ਕਰੋ ਹਮਰੇ ਸਭ ਕਾਜ ਆਪ ਕਰੋ ਹਮਰੇ ਸਭ ਕਾਜ ਸਾਹਿਬ।
ਇਸ ਮੌਕੇ ਪੰਜਾਬ ਐਂਡ ਸਿੰਧ ਬੈਂਕ ਦੇ ਜਨਰਲ ਮੈਨੇਜਰ ਰਵਿੰਦਰਜੀਤ ਸਿੰਘ ਅਤੇ ਜ਼ੋਨਲ ਮੈਨੇਜਰ ਸਰਦਾਰ ਤੇਜਿੰਦਰਪਾਲ ਸਿੰਘ ਵਾਲੀਆ ਨੇ ਦੱਸਿਆ ਕਿ ਇਹ ਕੀਰਤਨ ਦਰਬਾਰ ਪੰਜਾਬ ਐਂਡ ਸਿੰਧ ਬੈਂਕ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੇ ਲਈ ਨਵੇਂ ਸਾਲ ਦੀ ਖੁਸ਼ੀ ਵਿੱਚ ਕਰਵਾਇਆ ਜਾਂਦਾ ਹੈ, ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਜਥੇ ਗੁਰਬਾਣੀ ਕੀਰਤਨ ਰਾਹੀਂ ਆਈਆਂ ਸੰਗਤਾਂ ਨੂੰ ਨਿਹਾਲ ਕਰਦੇ ਨੇ। ਇਸ ਮੌਕੇ ਪੰਜਾਬ ਐਂਡ ਸਿੰਧ ਬੈਂਕ ਦੇ ਚੀਫ ਮੈਨੇਜਰ ਸ਼੍ਰੀ ਕੈਪਟਨ ਗੁਰਦੀਪ ਸਿੰਘ, ਸਰਦਾਰ ਰਣਬੀਰ ਸਿੰਘ ਰਾਣਾ ਅਤੇ ਸਟਾਫ ਵੱਲੋਂ ਲੋਕਾਂ ਨੂੰ ਬੈਂਕ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜ਼ੋਨਲ ਮੈਨੇਜਰ ਸਰਦਾਰ ਤੇਜਿੰਦਰਪਾਲ ਸਿੰਘ ਵਾਲੀਆ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ ਗਿਆ ਅਤੇ ਆਈਆਂ ਸੰਗਤਾਂ ਲਈ ਲੰਗਰ ਵੀ ਅਤੁੱਟ ਵਰਤਾਇਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦਿਹਾੜੇ ਪੰਜਾਬ ਸਿੰਧ ਬੈਂਕ ਵੱਲੋਂ, ਪੰਜਾਬ ਸਿੰਧ ਬੈਂਕ ਦੇ ਸਮੂਹ ਪਰਿਵਾਰ ਵੱਲੋਂ ਸਰਬੱਤ ਦੇ ਭਲੇ ਅਤੇ ਬੈਂਕ ਦੀ ਚੜ੍ਹਦੀਆਂ ਕਲਾਂ ਵਾਸਤੇ ਅਤੇ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਇਹ ਸਾਲਾਨਾ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ। ਸੈਕਟਰ 19D ਦੇ ਗੁਰਦੁਆਰੇ ਦੇ ਵਿੱਚ ਸੰਗਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਹੈ। ਇਹ ਕੀਰਤਨ ਦਰਬਾਰ ਦੀ ਰਸਮ ਪੰਜਾਬ ਐਂਡ ਸਿੰਧ ਬੈਂਕ ਸਮੂਹ ਪਰਿਵਾਰ ਵੱਲੋਂ 1981 ਤੋਂ ਲਗਾਤਾਰ ਹਰ ਸਾਲ ਕਰਵਾਈ ਜਾ ਰਹੀ ਹੈ, ਜਿਹ 'ਚ ਪੂਰੇ ਹਿੰਦੁਸਤਾਨ ਦੇ ਵਿੱਚੋਂ ਨਾਮੀ ਗ੍ਰਾਮੀ ਜਿਹੜੇ ਕੀਰਤਨੀਆਂ ਜੱਥੇ ਹੈਗੇ ਨੇ ਉਹ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਨੇ। ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖੰਨੇ ਵਾਲਿਆਂ ਦਾ ਬਹੁਤ ਸਹਿਯੋਗ ਰਿਹਾ ਹਰ ਵਾਰੀ। ਉਸ ਤੋਂ ਬਾਅਦ ਭਾਈ ਸਾਹਿਬ ਭਾਈ ਤੇਜਿੰਦਰ ਸਿੰਘ ਜੀ ਸ਼ਿਮਲੇ ਵਾਲਿਆਂ ਵੱਲੋਂ ਮੈਕਸੀਮਮ ਹਾਜ਼ਰੀ ਭਰੀ ਗਈ ਹੈ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਚੰਗੇ ਨਿੱਘੇ ਜਿਹੜੇ ਕੀਰਤਨਕਾਰ ਹੈਗੇ ਨੇ ਉਹ ਆ ਕੇ ਇੱਥੇ ਆਪਣੀ ਹਾਜ਼ਰੀ ਭਰਨ ਅਤੇ ਲੋਕਾਂ ਨੂੰ ਕੀਰਤਨ ਕਰਕੇ ਨਿਹਾਲ ਕਰਨ। ਸੈਕਟਰ 19D ਦੇ ਗੁਰਦੁਆਰੇ ਦੇ ਵਿੱਚ ਸੰਗਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਹੈ। ਇਹ ਕੀਰਤਨ ਦਰਬਾਰ ਦੀ ਰਸਮ ਪੰਜਾਬ ਐਂਡ ਸਿੰਧ ਬੈਂਕ ਸਮੂਹ ਪਰਿਵਾਰ ਵੱਲੋਂ 1981 ਤੋਂ ਲਗਾਤਾਰ ਹਰ ਸਾਲ ਕਰਵਾਈ ਜਾ ਰਹੀ ਹੈ, ਜਿਹ 'ਚ ਪੂਰੇ ਹਿੰਦੁਸਤਾਨ ਦੇ ਵਿੱਚੋਂ ਨਾਮੀ ਗ੍ਰਾਮੀ ਜਿਹੜੇ ਕੀਰਤਨੀਆਂ ਜੱਥੇ ਹੈਗੇ ਨੇ ਉਹ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਨੇ। ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖੰਨੇ ਵਾਲਿਆਂ ਦਾ ਬਹੁਤ ਸਹਿਯੋਗ ਰਿਹਾ ਹੈ ਹਰ ਵਾਰੀ। ਉਸ ਤੋਂ ਬਾਅਦ ਭਾਈ ਸਾਹਿਬ ਭਾਈ ਤੇਜਿੰਦਰ ਸਿੰਘ ਜੀ ਸ਼ਿਮਲੇ ਵਾਲਿਆਂ ਵੱਲੋਂ ਮੈਕਸੀਮਮ ਹਾਜ਼ਰੀ ਭਰੀ ਗਈ ਹੈ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਚੰਗੇ ਨਿੱਘੇ ਜਿਹੜੇ ਕੀਰਤਨਕਾਰ ਹੈਗੇ ਨੇ ਉਹ ਆ ਕੇ ਇੱਥੇ ਆਪਣੀ ਹਾਜ਼ਰੀ ਭਰਨ ਅਤੇ ਲੋਕਾਂ ਨੂੰ ਕੀਰਤਨ ਕਰਕੇ ਨਿਹਾਲ ਕਰਨ। ਪੰਜਾਬ ਐਂਡ ਸਿੰਧ ਬੈਂਕ 1908 ਦੇ ਵਿੱਚ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ ਅਰਦਾਸ ਕਰਕੇ ਸ਼ੁਰੂ ਕੀਤਾ ਗਿਆ, ਸਮਾਜਿਕ ਭਲਾਈਆਂ ਵਾਸਤੇ ਅਤੇ ਸਮਾਜਿਕ ਕਾਰਜਾਂ ਵਾਸਤੇ ਜਿਹੜੇ ਨਿਮਨ ਵਰਗ ਦੇ ਲੋਕ ਹੈਗੇ ਨੇ ਉਹਨਾਂ ਨੂੰ, ਉਹਨਾਂ ਦੇ ਵਾਸਤੇ ਅਸੀਂ ਅਲੱਗ ਅਲੱਗ ਸਕੀਮਾਂ ਲਿਆਉਂਦੇ ਰਹੇ ਹਾਂ ਸ਼ੁਰੂ ਤੋਂ। ਉਸੇ ਦੇ ਉਪਲੱਖਸ਼ ਦੇ ਵਿੱਚ ਅਸੀਂ ਸਾਰਿਆਂ ਨੂੰ ਇਕੱਠ ਦੇ ਵਿੱਚ ਇਕੱਠਾ ਕਰਕੇ ਗੁਰੂ ਘਰ ਦੇ ਨਾਲ ਲਗਾਉਣ ਦੀ ਵੀ ਸਾਡਾ ਉਪਰਾਲਾ ਹਮੇਸ਼ਾ ਰਿਹਾ ਹੈ ਔਰ ਅਸੀਂ ਇਸ ਮੰਤਵ ਦੇ ਵਿੱਚ ਅੱਗੋਂ ਵੀ ਲੱਗੇ ਰਹਾਂਗੇ ਔਰ ਹਰ ਸਾਲ ਕੀਰਤਨ ਦਰਬਾਰ ਚੰਡੀਗੜ੍ਹ ਦੇ ਵਿੱਚ ਅਲੱਗ ਅਲੱਗ ਗੁਰਦੁਆਰਿਆਂ ਦੇ ਵਿੱਚ ਜਿਵੇਂ ਪਹਿਲੇ ਕਰਦੇ ਰਹੇ ਹਾਂ ਉਵੇਂ ਹੁਣ ਵੀ ਕਰਦੇ ਰਹਾਂਗੇ, ਅੱਗੋਂ ਵੀ ਕਰਦੇ ਰਹਾਂਗੇ। ਪੰਜਾਬ ਐਂਡ ਸਿੰਧ ਬੈਂਕ ਗੁਰੂ ਘਰ ਨਾਲ ਜੁੜਿਆ ਸ਼ੁਰੂ ਤੋਂ, ਸੰਗਤਾਂ ਨਾਲ ਜੁੜਿਆ, ਸੰਗਤਾਂ ਦੀ ਸੇਵਾ ਵਿੱਚ ਲੱਗਿਆ ਰਹਿੰਦਾ ਹੈ। ਉਹ ਸੰਗਤਾਂ ਦੇ ਚਰਨਾ ਹੇਤੂ ਪੰਜਾਬ ਐਂਡ ਸਿੰਧ ਬੈਂਕ ਦਿਨੋਂ ਦਿਨ ਤਰੱਕੀ ਕਰਦਾ ਜਾ ਰਿਹਾ ਔਰ ਆਪਣੀਆਂ ਨਵੀਆਂ ਨਵੀਆਂ ਸ਼ਾਖਾਵਾਂ ਖੋਲ੍ਹ ਕੇ ਲੋਕਾਂ ਦੀ ਸੇਵਾ ਕਰ ਰਿਹਾ। ਸਾਰੀਆਂ ਸਕੀਮਾਂ ਇੱਥੇ ਅਸੀਂ ਜਦੋਂ ਕੀਰਤਨ ਦਰਬਾਰ ਦੇ ਵਿੱਚ ਸੰਗਤਾਂ ਆਉਂਦੀਆਂ ਨੇ ਉਹਨਾਂ ਨੂੰ ਆਪਣੀਆਂ ਸਕੀਮਾਂ ਬਾਰੇ ਵੀ ਦੱਸਦੇ ਹਾਂ। ਇੱਕ ਸਟਾਲ ਅਲੱਗ ਲਗਾਇਆ ਗਿਆ ਜਿੱਥੇ ਅਸੀਂ ਇਸ ਵੇਲੇ ਜਿੰਨੀਆਂ ਸਾਡੀਆਂ ਸਕੀਮਾਂ ਚੱਲਦੀਆਂ ਪਈਆਂ ਉਹਨਾਂ ਸਾਰਿਆਂ ਦਾ ਬਿਊਰੋ ਦਿੱਤਾ ਜਾਂਦਾ ਹੈ। ਸਾਰੀਆਂ ਸੰਗਤਾਂ ਉੱਥੋਂ ਆਪਣਾ ਉਹਨਾਂ ਦਾ ਗਿਆਨ ਪ੍ਰਾਪਤ ਕਰਕੇ ਆਪਣੇ ਉਹਨਾਂ ਦਾ ਫਾਇਦਾ ਲੈ ਸਕਦੀਆਂ ਨੇ। ਚਾਹ ਦਾ ਲੰਗਰ ਅਤੁੱਟ ਵਰਤਾਇਆ ਜਾ ਰਿਹਾ ਹੈ। ਨਿਊਜ਼ ਡੈਸਕ ਤੋਂ ਨਵਨੀਤ ਕੌਰ ਦਿਓੜਾ ਦੇ ਨਾਲ ਚੰਡੀਗੜ੍ਹ ਤੋਂ ਹਰਬੰਸ ਸਿੰਘ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ TV। ਇਸ ਮੌਕੇ ਪੰਜਾਬ ਐਂਡ ਸਿੰਧ ਬੈਂਕ ਦੇ ਜ਼ੋਨਲ ਮੈਨੇਜਰ ਸਰਦਾਰ ਤੇਜਿੰਦਰਪਾਲ ਸਿੰਘ ਵਾਲੀਆ ਨੇ ਸਟਾਫ ਵੱਲੋਂ ਲੋਕਾਂ ਨੂੰ ਬੈਂਕ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ। ਪੰਜਾਬ ਐਂਡ ਸਿੰਧ ਬੈਂਕ ਪ੍ਰਧਾਨ ਮੰਤਰੀ ਵੱਲੋਂ ਨਿਰਧਾਰਿਤ ਕੀਤੀਆਂ ਗਈਆਂ PMJDY ਦੇ ਅਕਾਊਂਟਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਹੈ ਅਤੇ ਆਪਣੇ ਟੀਚੇ ਪੂਰੇ ਕੀਤੇ ਨੇ। PMJDY ਦੇ ਸਕੀਮਾਂ ਦੇ ਵਿੱਚ 18 ਤੋਂ 70 ਸਾਲ ਦੇ ਅਕਾਊਂਟ ਹੋਲਡਰ ਹਿੱਸਾ ਲੈ ਸਕਦੇ ਨੇ। PMJBY ਦੀ ਜਿਹੜੀ ਸਕੀਮ ਹੈ 330 ਰੁਪਏ ਦੇ ਵਿੱਚ ਲਾਈਫ ਇੰਸ਼ੋਰੈਂਸ ਕੀਤੀ ਜਾਂਦੀ ਹੈ, ਜਿਹਦੇ 'ਚ 18 ਤੋਂ 50 ਸਾਲ ਦੇ ਲੋਕ ਹਿੱਸਾ ਲੈਂਦੇ ਨੇ।
ਦੋਨਾਂ ਸਕੀਮਾਂ ਨਾਲੋਂ ਨਾਲ ਚੱਲ ਸਕਦੀਆਂ ਅਤੇ ਕੁੱਲ 342 ਰੁਪਏ ਦੇ ਵਿੱਚ 4 ਲੱਖ ਰੁਪਏ ਦੀ ਇੰਸ਼ੋਰੈਂਸ ਖਾਤੇਦਾਰਾਂ ਨੂੰ ਦਿੱਤੀ ਜਾਂਦੀ ਹੈ। ਅਟਲ ਪੈਨਸ਼ਨ ਯੋਜਨਾ ਦੇ ਵਿੱਚ 60 ਸਾਲ ਤੱਕ ਦੇ ਅਪ ਟੂ 60 ਸਾਲ ਤੱਕ ਤੁਸੀਂ ਪੈਸੇ ਜਮ੍ਹਾਂ ਕਰਾਉਣੇ ਨੇ। 18 ਤੋਂ ਲੈ ਕੇ 40 ਸਾਲ ਦੇ ਲੋਕ ਕਵਰ ਹੁੰਦੇ ਨੇ। 1000 ਤੋਂ ਲੈ ਕੇ 5000 ਤੱਕ ਪੈਨਸ਼ਨ ਜਿਹੜੀ ਹੈ ਉਹ ਲਾਈਫ ਟਾਈਮ ਤੱਕ ਮਿਲਦੀ ਹੈ, ਜਿਹੜੀ ਕਿ ਉਸ ਤੋਂ ਬਾਅਦ ਖਾਤੇਦਾਰ ਦੇ ਸਪਾਊਸ ਨੂੰ ਵੀ ਅਤੇ ਉਸ ਤੋਂ ਬਾਅਦ ਫੈਮਿਲੀ ਨੂੰ ਵੀ ਦਿੱਤੀ ਜਾਂਦੀ ਹੈ ਥਰੂ ਆਊਟ। ਇਹ ਸਕੀਮਾਂ ਪੰਜਾਬ ਐਂਡ ਸਿੰਧ ਬੈਂਕ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ।